ਸਾਸਕਾ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ, ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲ, ਜ਼ਿਲ੍ਹਾ ਅੰਮ੍ਰਿਤਸਰ ਪੈਂਦੀ, ਤਹਿਸੀਲ ਮਜੀਠਾ। ਅੱਜ ਵੀਰੇ ਕੋਲ 3 ਪਸ਼ੂ ਸੇਲ ਹੈ ਜੀ, ਅਤੇ ਆਉਣ ਵੀਰ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਹੈ, ਕੀ ਮਿਲਕ ਰਿਕਾਰਡ ਆ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਵੀਰ ਜੀ ਕਿੱਦਾਂ? ਵਾਹ ਵਧੀਆ ਜੀ। ਕਿਵੇਂ ਚੱਲ ਰਿਹਾ ਕੰਮ? ਵਾਹ ਕਿਰਪਾ ਮਹਾਰਾਜ ਦੀ। ਚਲੋ, ਅੱਜ ਫਿਰ ਪਸ਼ੂ ਕਿੰਨੇ ਜੀ? ਆਪਣੇ ਕੋਲ 3 ਹੀ, ਇੱਕ ਵੀਰ ਹੋਣਾਂ ਲੈ ਲਈ ਆ, ਇੱਕ ਵੇਗੀ ਆ। ਹਾਂ ਜੀ, ਤੇ 2 ਰਹਿ ਗਈਆਂ, ਇੱਕ ਵਿੱਚੋਂ ਕੱਬਣਿਆ 8 ਮਹੀਨਿਆਂ ਦੀ ਨੀਲੀ ਦੀ ਝੋਟੀ। ਠੀਕ ਆ। ਤੇ ਆਹ ਸੂਈ ਤਾਰੀ, ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਇਹਨੂੰ ਅੱਜ 4 ਕੁ ਦਿਨ ਹੋ ਗਏ ਹੱਠਾਂ ਲਈ ਬੱਚਾ। ਅੱਛਾ, ਹਾਲ ਹੈ ਜੀ? ਕੱਟਾ ਕੱਟਾ ਜੀ ਕੱਟਾ ਜੀ ਕੱਟਾ ਉੱਠੋ ਜੀ ਬਸ ਕੋਈ ਨਹੀਂ। ਠੀਕ ਆ। ਤੇ ਕਿੰਨਾ ਫਿਰ ਤੁਹਾਡਾ ਇਸ ਟਾਈਮ ਜੀ? ਦੁੱਧ 12 ਕਿਲੋ ਹੋ ਗਿਆ, 11 ਦੀ ਮਿਹਨਤੀ ਕਰਾ ਦਾਂਗੇ। 12 ਕਿਲੋ, 11 ਕਿਲੋ ਹੋ ਗਿਆ। ਹਾਂ, 11 ਦੀ ਮਿਹਨਤੀ ਕਰਾ ਦਾਂਗੇ। ਖੋਲੋ ਜੀ, ਖੋਲੋ, ਲਓ ਜੀ, ਵੇਖੋ ਇਹ ਵੀ ਝੋਟੀ ਨੀਲੀ ਵਿੱਚ ਆ। ਹੁਣ ਚੁਆ ਚੂ ਵਧੀਆ ਬਿਲਕੁਲ ਭਾਜੀ, ਬਸ ਠੀਕ ਆ। ਚੰਗੀ ਝੋਟੀ ਹੈ ਨਾ, ਵਧੂ ਕੀ ਹਜੇ ਦੁੱਧ? ਆ ਜਾਓ, ਆ ਜਾਓ ਭਾਜੀ, ਆ ਜਾਓ। ਠੀਕ ਆ। ਹਾਂਜੀ, ਮੁੱਲ ਸਰਦਾਰ ਸਾਹਿਬ ਨੇ ਦੱਸੋ। ਹਾਂਜੀ ਭਾਜੀ, ਦੱਸੋ ਮੁੱਲ ਤੇ 1-5 ਕਰਦੇ ਆ ਜੀ। ਹਾਂਜੀ, 1-20 ਦੀ ਦੇ ਦਾਂਗੇ। 1-20 ਦੀ ਦੇਵਾਂਗੇ। ਹਾਂ, ਬਾਕੀ ਤੁਸੀਂ ਦੱਸ ਦਿਓ ਜੋ ਜਾਇਜ਼ ਆ। ਬਸ ਕਰਦੇ, ਹੋਰ ਮਾਨ ਤਾਂ ਜੀ 1-15 ਦੀ। 1-15 ਦੇ ਦਾਂਗੇ, ਚਲੋ ਜਾਣ ਦਿਓ। ਇਹ 8 ਮਹੀਨੇ ਕੱਢਣਾ ਜੀ? ਹਾਂ, 8 ਮਹੀਨੇ, 8ਵਾਂ ਜਾਣ ਡਿਆ ਜੀ। ਠੀਕ ਆ, ਲਓ ਜੀ। ਦੁੱਧ ਛੜਤੀ ਆ ਪਾਣੀ। ਸੂਆ ਕਿਹੜਾ ਆਊਗਾ ਜੀ ਇਹ? ਹਾਂਜੀ, ਸੂਆ, ਸੂਆ ਦੂਜਾ, ਤੀਜੇ ਸੂ ਵੀ ਆ। ਥਾਨ ਰੋਕੋ ਨਾ ਵੀਰੇ, ਮੈਂ ਥਾਨ ਓਕੇ ਚੈੱਕ ਕਰਾ ਕੇ ਦਾਂਗੇ। ਠੀਕ, ਆ ਜਾਓ, ਆ ਜਾਓ। ਚਲੋ, ਬਾਜੀ ਦੀ ਕੀਮਤ ਫਿਰ ਦੱਸੋ ਸਰਦਾਰ ਜੀ? ਹਾਂਜੀ, ਇਹਦਾ ਮੁੱਲ 65,000 ਜੇ। ਹਾਂਜੀ, ਤੇ 60 ਦੀ ਦੇ ਦਈਏ। 60 ਦੀ? ਹਾਂਜੀ, 2 ਸਾਲਾਂ ਸਾਹਮਣੀ ਸਾਡੇ ਕੋਲ ਇੱਥੇ, ਅਸੀਂ 4 ਰੁਪਏ ਪੱਠੇ ਲਿਆਉਣ ਦੇ, 100 ਰੁਪਿਆ ਖਾਂਦੀ ਖਾਂਦੀ। ਤੇ ਜੇ ਕੋਈ ਘਰ ਜਾ ਕੇ ਕਿਸੇ ਦੇ ਸੁੱਖ ਨਾਲ ਘਰ ਦੇ ਪੱਠੇ, ਫੇਰ ਤੇ ਖਾਣਾ ਹੀ ਕੱਖ ਨਹੀਂ। ਤੇ 2 ਮਹੀਨਿਆਂ ਦੇ ਡਬਲ ਹੋ ਜਾਣੀ। ਚਲੋ, ਨੰਬਰ ਬੋਲੋ ਜੀ ਆਪਣਾ। 793-38-77-3। ਠੀਕ ਹੈ, ਪਿੰਡ ਬਲ, ਪਿੰਡ ਬਾਲਗੜਾਂ, ਜ਼ਿਲ੍ਹਾ ਅੰਮ੍ਰਿਤਸਰ, ਮਜੀਠਾ ਰੋਡ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।